नेक्स्ट, इज इकोनॉमिक्स अ स्टडी और साइंस और चॉइस? इज इकोनॉमिक्स ए स्टडी ऑफ साइंस और चॉइस? की है साइंस है या चॉइस है? फर्स्ट तो पहला चॉइस ये जानने तो पहला अपन पता होना चाहिए कि वट इज़ द मीनिंग ऑफ चॉइस, चॉइस का की मीनिंग है। चॉइस देखो की होगी, चॉइस के विच थ्री पॉइंट्स ने, वांट्स आर अनलिमिटेड। चॉइस के विच की आजूगा, एक तो साड़िया इच्छावां की होणगियां, असीमित होणगियां, असी बहुत चीज़ें साड़िया डिजायर्स बहुत ज़्यादा ने, मीनस आर लिमिटेड, पर उन्होंने पूरा करन दे साधन की ने, लिमिटेड ने। मीनस हैव अल्टरनेट यूजिज, जिहड़े साधन ने उन्होंने यूजिज बहुत ने, ठीक है। जिदा फॉर एग्जाम्पल मिल्क, मिल्क नू कोई ड्रिंक कर लैंदा, कोई उस तो बटर बना लैंदा, ठीक है, कोई लस्सी बना लै, कोई अलग अलग चीज़ां बन दियाँ मिल्क तो, कोई खोआ बना लैंदा, कोई किसी भी टाइप की कोई स्वीट बना लैंदा, ठीक है। तो मिल्क के यूजिज बहुत ने, अल्टरनेट यूजिज ने। सो देखो चॉइस की होगी, जिदा मान लो थोड़े को 20 रुपीज़ ने, तो तुहानू बहुत ज़्यादा भुख लगी है, ਠੀਕ ਹੈ। ਤਾਂ ਤੁਹਾਡੇ ਕੋਲ ਖਾਣ ਦੇ ਲਈ ਕਾਫੀ ਚੀਜ਼ਾਂ ਨੇ, ਆਪਸ਼ਨ ਨੇ, ਜਿੱਦਾਂ ਬ੍ਰੈਡ ਹੋ ਗਈ, ਲਾਈਕ ਬ੍ਰੈਡ, ਲੱਡੂ, ਸਮੋਸਾਸ, ਰਸਗੁੱਲਾ, ਜਲੇਬੀ ਵਗੈਰਾ, ਠੀਕ ਹੈ। ਬਟ ਤੁਹਾਨੂੰ ਆਪਣੀ ਹੰਗਰ ਨੂੰ ਦੇਖ ਕੇ ਕਿ ਤੁਹਾਡੀ ਹੰਗਰ ਨੂੰ ਕਿਹੜੀ ਚੀਜ਼ ਸੈਟਿਸਫਾਈ ਕਰ ਦਿਓ, ਕਿਉਂਕਿ ਤੁਹਾਡੇ ਕੋਲ ਰੁਪੀਜ਼ ਵੀ 20 ਨੇ, ਤੁਸੀਂ ਉਹ 20 ਰੁਪੀਜ਼ ਨੂੰ ਹੀ ਖਰਚ ਕਰ ਸਕਦੇ ਹੋ, ਔਰ ਹਰ ਇੱਕ ਦੀ ਪ੍ਰਾਈਸ ਵੀ 20 ਰੁਪੀਜ਼ ਹੀ ਹੈ। ਤੁਸੀਂ ਇਹ ਨਹੀਂ ਕਿ 20 ਰੁਪੀਜ਼ ਦੇ ਵਿੱਚ ਕੋਈ ਹੋਰ ਚੀਜ਼ ਲੈ ਲਓ, ਦੋ ਚੀਜ਼ਾਂ ਲੈ ਲਓ, ਇੱਦਾਂ ਨਹੀਂ ਉਹ ਪੋਸੀਬਲ ਹੈਗੇ, ਕਿਉਂਕਿ ਹਰ ਇੱਕ ਦੀ ਈਚ ਆਈਟਮ ਦੀ ਪ੍ਰਾਈਸ ਵੀ ਕਿੰਨੀ ਹੈ, 20 ਰੁਪੀਜ਼ ਹੀ ਹੈ। ਤੁਹਾਡੇ ਕੋਲ ਵੀ 20 ਰੁਪੀਜ਼ ਨੇ, ਤਾਂ ਤੁਸੀਂ ਇਹਨਾਂ ਦੇ ਵਿੱਚੋਂ ਇੱਦਾਂ ਇਹ ਤੁਹਾਡੇ ਕੋਲ ਚੋਇਸਿਸ ਨੇ, ਬ੍ਰੈਡ, ਲੱਡੂ, ਸਮੋਸਾ, ਰਸਗੁੱਲਾ, ਜਲੇਬੀ ਵਗੈਰਾ, ਇਹਨਾਂ ਦੇ ਵਿੱਚੋਂ ਤੁਸੀਂ ਇੱਕ ਚੀਜ਼ ਨੂੰ ਬਾਏ ਕਰੋਗੇ ਜਿਹੜੀ ਤੁਹਾਡੀ ਸੈਟਿਸਫੈਕਸ਼ਨ ਨੂੰ ਫੁਲਫਿਲ ਕਰ ਸਕੇ, ਤੁਹਾਡੀ ਹੰਗਰ ਨੂੰ ਮਿਟਾ ਸਕੇ, ਠੀਕ ਹੈ। ਤਾਂ ਇਹ ਇਹ ਜੋ ਚੀਜ਼ ਹੈ ਇਹਨੂੰ ਬੋਲਿਆ ਜਾਊਗਾ ਚੋਇਸ, ਠੀਕ ਹੈ। ਤਾਂ ਤੁਸੀਂ ਚੋਇਸ ਇੱਦਾਂ ਦੀ ਕਰਨੀ ਹੈ ਜਿਹੜੀ ਤੁਹਾਡੇ ਜੋ ਤੁਹਾਡੀ ਕੋਸਟ ਸੀਗਾ ਉਹਨੂੰ ਵੀ ਪੂਰਾ ਕਰ ਦੇਵੇ, ਠੀਕ ਹੈ, ਅਤੇ ਉਹਦੇ ਯੂਜਿਸ ਵੀ ਡਿਫਰੈਂਟ ਡਿਫਰੈਂਟ ਹੋਣ, ਠੀਕ ਹੈ।